ਤਿਆਰ ਆ ਸਮਾਨ ਆਏ ਚਲੋ ਜੀ ਲੋ ਜੀ ਖੁਸ਼ੀ ਦੀ ਕੰਜਕ ਹੁਣ ਮੇਰਾ ਤੇ ਪਾਪਾ ਦਾ ਚੈਲੰਜ ਆ ਵੀ ਕਿਹਦੀ ਪੂੜੀ ਫੁੱਲਦੀ ਆ ਕਿਹਦੀ ਪੂੜੀ ਨਹੀਂ ਫੁੱਲਦੀ ਹਾਂ ਠੀਕ ਆ ਬਸ ਇਹ ਤੇ ਵੱਡੀ ਕੰਜਕ ਵੱਡੀ ਕੰਜਕ ਲਿਆ ਸਾਸੀਗਾ ਜੀ ਸਾਰਿਆਂ ਨੂੰ ਸਾਸੀਗਾ ਜੀ ਸਾਰਿਆਂ ਨੂੰ ਤੁਹਾਨੂੰ ਪਹਿਲੀ ਗੱਲ ਤੇ ਅੱਜ ਹੋਏ ਆ ਜੀ ਨਰਾਤੇ ਖਤਮ ਠੀਕ ਆ ਤੇ ਅੱਜ ਆਇਆ ਆਪਾਂ ਪੂਜਣੇ ਆ ਕੰਜਕਾਂ ਤੇ ਕੰਜਕਾਂ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਪੂਜੀਦੀਆਂ ਆ ਕਈਆਂ ਨੂੰ ਤੇ ਵੈਸੇ ਪਤਾ ਹੀ ਹੋਣਾ ਆ ਤੇ ਕਿਉਂਕਿ ਮੇਰੇ ਚਾਚੂ ਮੇਰੇ ਚਾਚੀ ਜੀ ਮੇਰੇ ਤੰਨੂ ਮਤਲਬ ਕਿ ਇਤਨੇ ਜਾਣੇ ਜਿੱਦਾਂ ਮਾਤਾ ਨੂੰ ਬਹੁਤ ਮੰਨਦੇ ਆ ਤੇ ਆ ਸਾਡੀ ਨਿੱਕੂ ਜੀ ਕੰਜਕ ਤੇ ਆਪਾਂ ਅੱਜ ਕੰਜਕਾਂ ਪੂਜਾਂਗੇ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਕੀ ਉਹਦੇ ਵਿੱਚ ਹੁੰਦਾ ਆ ਪ੍ਰਸ਼ਾਦ ਕਿਹੜਾ ਕਿਹੜਾ ਬਣਦਾ ਆ ਕਿਸ ਕਿਸ ਤਰ੍ਹਾਂ ਦਾ ਹੁੰਦਾ ਆ ਮਤਲਬ ਕਿ ਤੁਹਾਨੂੰ ਸਾਰਾ ਕੁਛ ਉਹਦੇ ਵਿੱਚ ਦਿਖਾਵਾਂਗੇ ਕਿਉਂ ਕਾਕੇ ਹਾਂਜੀ ਇਹਨੂੰ ਪਤਾ ਸਭ ਕੁਛ ਆ ਇਹ ਜਾਣ ਕੇ ਕਹਿੰਦੀ ਮੈਨੂੰ ਕੁਛ ਨਹੀਂ ਪਤਾ ਕਿਉਂਕਿ ਇਹਨੂੰ ਅੱਜ ਕੱਲ੍ਹ ਘਰੇ ਆਉਂਦੀਆਂ ਕਿਉਂਕਿ ਡਿਊ ਟੂ ਕੋਵਿਡ ਤੁਹਾਨੂੰ ਪਤਾ ਆ ਕੋਵਿਡ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਜਿਹੜੇ ਲੋਕ ਆ ਉਹ ਕੀ ਕਰਦੇ ਪਏ ਹੁਣ ਵੀ ਜਿੱਦਾਂ ਪੈਕਿੰਗ ਕਰਕੇ ਇੱਕ ਦੂਜੇ ਦੇ ਜਿੱਦਾਂ ਘਰੇ ਹੀ ਸਮਾਨ ਪਹੁੰਚਾਈ ਜਾਂਦੇ ਆ ਤੇ ਇਦਾਂ ਹੀ ਸਾਡੇ ਆ ਕਿਉਂ ਹਨਾ ਹੁਣੇ ਹੁਣੇ ਖੁਸ਼ੀ ਨੂੰ ਇੱਕ ਕੰਜਕ ਮਿਲ ਕੇ ਹਟੀ ਆ ਤੇ ਆਪਣੇ ਪਹਿਲਾਂ ਤੇ ਖੁਸ਼ੀ ਦਾ ਕੰਮ ਕੀ ਹੁੰਦਾ ਸੀਗਾ ਸਵੇਰੇ ਹੀ ਇਹਨੇ ਨਹਾ ਧੋ ਕੇ 7 ਵਜੇ ਤਿਆਰ ਹੋ ਕੇ ਖੁਸ਼ੀ ਹੋਣਾ ਨੇ ਚੱਲ ਜਾਣਾ ਆ ਖੁਸ਼ੀ ਹੋਣਾ ਨੇ ਆਉਣਾ ਆਰਾਮ ਨਾਲ 10 11 ਵਜੇ ਮੁੜ ਕੇ ਉਹ ਵੀ ਲੱਭ ਲੱਭ ਕੇ ਲਿਆਉਣਾ ਪੈਂਦਾ ਆ ਜਾ ਹੁਣ ਤੇ ਘਰੇ ਆ ਜਾ ਮੱਥਾ ਇਹਦਾ ਟਿੱਕਿਆਂ ਨਾਲ ਭਰਿਆ ਹੁੰਦਾ ਸੀ ਸਾਰਾ ਐਡਾ ਮੱਥਾ ਇਹਦਾ ਤੇ ਸਾਰਾ ਟਿੱਕਿਆਂ ਨਾਲ ਭਰਿਆ ਹੁੰਦਾ ਸੀਗਾ ਵੀ ਇੰਨਾ ਮਤਲਬ ਕਿ ਇਹਨੇ ਘੁੰਮਣਾ ਇਹਨੇ ਇੰਨਾ ਲੋਕਾਂ ਦੇ ਜਿਹਨੇ ਕਹਿਤਾ ਸਾਡੇ ਘਰੇ ਆ ਜਾਓ ਇਹਨੇ ਉੱਧਰ ਤੁਰ ਪੈਣਾ ਨਾਲ ਹੀ ਤੇ ਉੱਦਾਂ ਹੀ ਸਮਰ ਦੇ ਕੰਮ ਤੇ ਛੋਟੇ ਹੁੰਦੇ ਮੈਂ ਤੇ ਤੁਹਾਨੂੰ ਵੀ ਇਹੀ ਕੁਝ ਕਰਦੇ ਰਹੇ ਆ ਉਦੋਂ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਹੁਣ ਚਲੋ ਇਹਨਾਂ ਦਾ ਟਾਈਮ ਆ ਪਰ ਹੁਣ ਆਪਾਂ ਇਹਨੂੰ ਜਾਣ ਨਹੀਂ ਦੇਈਦਾ ਕਿਉਂਕਿ ਹਾਂਜੀ ਤਿਆਰ ਆ ਸਮਾਨ ਆਏ ਇੱਦਾਂ ਵੱਜ ਵੀ ਜਾਂਦੀਆਂ ਹੁੰਦੀਆਂ ਜਦੋਂ ਲੇਟ ਹੋ ਜਾਵੇ ਬੰਦਾ ਨਾ ਜਦੋਂ ਸੁੱਤਾ ਉੱਠਿਆ ਮੈਂ ਲੇਟ ਅੱਜ ਤਾਂ ਕਰਕੇ ਵੱਜ ਗਈਆਂ ਕਿਉਂਕਿ ਖੁਸ਼ੀ ਹੋਣੀ ਪਹਿਲਾਂ ਤਿਆਰ ਹੋ ਗਏ ਆ ਤੁਸੀਂ ਵਿੱਚ ਦੇਖ ਹੀ ਲਿਆ ਹੋਣਾ ਸ਼ੋਟ ਵੀ ਇਹ ਅਸੀਂ ਬਾਅਦ 'ਚੋਂ ਸਤਿ ਸ਼੍ਰੀ ਅਕਾਲ ਵਗੈਰਾ ਦਾ ਸ਼ੋਟ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦੇ ਅਸੀਂ ਬਾਅਦ ਦਾ ਸ਼ੂਟ ਕਰਦੇ ਪਏ ਹਾਂ ਕਿਉਂ ਕਈ ਕਰਦੇ ਅਸ਼ਟਮੀ ਤੇ ਜੋਤਾਂ ਕਈ ਕਰਦੇ ਨੌਮੀ ਤੇ ਅੱਛਾ ਅਸੀਂ ਅਸ਼ਟਮੀ ਤੇ ਕਰਦੇ ਆ ਅੱਛਾ ਆਪਾਂ ਕਰਦੇ ਪਏ ਆ ਅਸ਼ਟਮੀ ਤੇ ਤੇ ਤਿਆਰ ਤੇ ਆਪਾਂ ਹੋ ਹੀ ਗਏ ਵੈਸੇ ਚਲੀਏ ਫਿਰ ਜੋਤਾਂ ਲੱਭਣ ਉਹ ਜੋਤਾਂ ਲੱਭਣ ਕਹੀ ਜਾਣਾ ਕੰਜਕਾਂ ਲੱਭਣ ਚਲੀਏ ਫਿਰ ਚਲੋ ਚਲੋ ਤੈਨੂੰ ਕੋ ਲੈ ਕੇ ਜਾਵਾਂ ਮੈਂ ਨਾਲ ਮੈਂ ਵੀ ਜਾਣਾ ਨਹੀਂ ਜਾਣਾ ਚਲਾਓ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਅੰਦਰ ਕਿਉਂਕਿ ਅੰਦਰ ਚਾਚੂ ਕੁੜੀਆਂ ਕੱਢਦੇ ਪਏ ਮੰਮਾ ਵੀ ਕੱਢਦੇ ਪਏ ਮੰਮਾ ਸਾਡੀ ਗੱਲ ਸੁਣ ਕੇ ਬਾਹਰ ਆ ਗਏ ਇਹਨਾਂ ਦਾ ਕਹਿੰਦੇ ਇਕੱਲਿਆਂ ਦਾ ਜੀ ਨਹੀਂ ਲੱਗਦਾ ਤਾਂ ਕਰਕੇ ਫਿਰ ਬਾਹਰ ਆ ਗਏ ਕਿਉਂ ਕੁਰਸੀ ਤੇ ਬਹਿ ਕੇ ਹੁਣ ਆ ਗਏ ਥੱਕ ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸੋਹਣੇ ਸੋਹਣੇ ਸ਼ੋਟ ਦੇਖੋ ਖੁਸ਼ੀ ਦੇ ਕਿਉਂਕਿ ਬਹੁਤ ਸੋਹਣੀ ਲੱਗਣ ਦੀ ਆ ਇੰਨੀ ਸੋਹਣੀ ਲੱਗਣ ਦੀ ਆ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਕਮੈਂਟਾਂ ਦੇ ਵਿੱਚ ਸਾਰੇ ਜਣੇ ਜ਼ਰੂਰ ਦੱਸਿਓ ਖੁਸ਼ੂ ਸਾਡਾ ਕਿੱਦਾਂ ਦਾ ਲੱਗਦਾ ਪਿਆ ਆ ਇਹ ਸਮਰ ਤੇ ਤਿਆਰ ਹੋਇਆ ਨਹੀਂ ਸਮਰ ਨਾਤਾ ਨਹੀਂ ਉਹਦਾ ਵਿਚਾਰੇ ਦਾ ਕੀ ਦਿਖਾਉਣਾ ਤੁਹਾਨੂੰ ਹਨਾ ਤੇ ਖੁਸ਼ੀ ਦੇ ਸੋਹਣੇ ਸੋਹਣੇ ਸ਼ੋਟ ਦੇਖੋ ਤੁਸੀਂ ਅੱਗੇ ਅੰਦਰ ਆ ਗਏ ਆ ਤੇ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉੱਠ ਜਾ ਕਾਕਾ ਕਾਕਾ ਉੱਠ ਜਾ ਨਹੀਂ ਮਾਰਨਾ ਨਹੀਂ ਅੱਜ ਦੇ ਦਿਨ ਉਹਨੂੰ ਕਾਕਾ ਜੀ ਤੁਸੀਂ ਵੀ ਕੰਜਕ ਹੋ ਅੱਜ ਦਾ ਦਿਨ ਤੁਸੀਂ ਲੈਂਕੜੇ ਹੋ ਉੱਠੋ ਕਾਕਾ ਜੀ ਹੈਲੋ ਹੋਸ਼ ਕਰੋ ਮਾੜੀ ਜੀ ਕੱਲ ਮੈਨੂੰ ਸ਼ੰਮੂ ਰਾਤੀ ਕੀ ਕਹਿੰਦਾ ਕੱਲ ਨਾ ਮੈਨੂੰ ਸ਼ੰਮੂ ਕਹਿੰਦਾ ਰਾਤੀ ਇਹ ਹਮੂ ਭਾਜੀ ਮੈਨੂੰ ਕਹਿੰਦਾ ਪੈਸੇ ਦਿਓ ਤੇ ਮੈਂ ਕਿਹਾ ਤੂੰ ਪੈਸੇ ਕੀ ਕਰਨੇ ਆ ਤੇ ਕਹਿੰਦਾ ਮੈਨੂੰ ਚਾਹੀਦੇ ਆ ਮੈਂ ਕਿਹਾ ਕਿਉਂ ਕਹਿੰਦਾ ਕੱਲ ਕੰਜਕਾਂ ਆ ਤੇ ਮੈਂ ਕਿਹਾ ਅੱਛਾ ਤੇ ਕਹਿੰਦਾ ਮੈਨੂੰ ਵੀ ਤੁਸੀਂ ਕੰਜਕਾਂ ਦੇ ਪੈਸੇ ਦੇਣੇ ਆ ਇੱਦਾਂ ਦੇ ਇਹਦੇ ਕੰਮ ਆ ਤੇ ਨਿੱਕੇ ਜਿਹੇ ਇਹਦੇ ਇਹਦੇ ਨਿੱਕੇ ਜਿਹੇ ਦੇ ਚੱਲ ਫਿਰ ਉੱਠ ਮੇਰਾ ਪੁੱਤ ਚੱਲ ਆ ਜਾ ਫਿਰ ਗੁੱਡ ਮਾਰਨਿੰਗ ਹੋ ਗਈ ਆ ਜਾ ਆ ਜਾ ਤੇ ਫਿਰ ਮੈਂ ਕਿਹਾ ਚੱਲ ਤੁਹਾਨੂੰ ਦੇ ਦਾਂਗੇ ਥੋੜੇ ਥੋੜੇ ਪੈਸੇ ਕਿਉਂ ਖੁਸ਼ੀ ਨੂੰ ਤਾਂ ਦੇਣੇ ਹੀ ਪੈਣੇ ਆ ਖੁਸ਼ੂ ਤਾਂ ਮੇਰਾ ਪਾਰਟਨਰ ਆ ਇਹਨੂੰ ਤਾਂ ਦੇਣੇ ਹੀ ਪੈਣੇ ਆ ਪਹਿਲਾਂ ਫਿਰ ਨਹਾ ਨੂੰ ਲਈਏ ਯਾਰ
ਕਿਉਂ ਖੁਸ਼ੂ ਨਾ ਆਇਓ ਤੁਸੀਂ ਹਾਂਜੀ ਖੁਸ਼ੀ ਫਸਟ ਆ ਗਈ ਦੇਖ ਲਾ ਆਪਣੇ ਤੋਂ ਆਪਾਂ ਨਹਾਤੇ ਨਹੀਂ ਹੈਗੇ ਖੁਸ਼ੀ ਦੇਖ ਲਾ ਨਹਾ ਵੀ ਲਿਆ ਖੁਸ਼ੀ ਨੇ ਚੰਗਾ ਖੁਸ਼ੀ ਫੇਰ ਚਲੋ ਤੁਹਾਨੂੰ ਮਿਲਦੇ ਹਾਂ ਅੱਗੇ ਨਹਾ ਕੇ ਮੈਂ ਫਿਰ ਤਿਆਰ ਹੋ ਜਾ ਹੁਣ ਖੁਸ਼ੀ ਤੇ ਤਿਆਰ ਹੋਈ ਆ ਮੈਂ ਲਾਗੇ ਫਿਰ ਚੰਗਾ ਨੀ ਨਾ ਲੱਗਣ ਦਾ ਇੱਕ ਹੋਰ ਆ ਜਾ ਹੁਣ ਦੇ ਦਿੰਦਾ ਵਾ ਕਹਿੰਦੀ ਆ ਵੀ ਤੁਸੀਂ ਆਹ ਟੀ ਸ਼ਰਟ ਕਿਉਂ ਪਾ ਲਈ ਕਹਿੰਦੀ ਮੈਂ ਪਾਉਣੀ ਆਹ ਟੀ ਸ਼ਰਟ ਇਹ ਟੀ ਸ਼ਰਟਾਂ ਮੇਰੀਆਂ ਵਾ ਸਾਰੀਆਂ ਮੈਂ ਨਵੀਆਂ ਲਿਆਉਣ ਚ ਹੀ ਰਹਿੰਦਾ ਵਾ ਤੇ ਆਹ ਜਿਹੜੀ ਆ ਨਾ ਜਿਹੜੇ ਕੱਪੜੇ ਭਰਾ ਦੇ ਚੋਰੀ ਕਰਕੇ ਪਾਣੀ ਉਹਦਾ ਨਜ਼ਾਰਾ ਹੋਰ ਕਿਤੇ ਨਹੀਂ ਆ ਸਕਦਾ ਸਿਰ ਸੁਰ ਧੋ ਗਈ ਓਏ ਸੁੱਤਾ ਉਹ ਨਹੀਂ ਉੱਠਦਾ ਅੱਜ ਚਲੋ ਜੀ ਲਓ ਜੀ ਖੁਸ਼ੀ ਦੀ ਕੰਜਕ ਚੁੰਨੀ ਚੁੰਨੀ ਪ੍ਰੋਪਰ ਤਰੀਕੇ ਨਾਲ ਏਦਾਂ 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 ਪੈਸੇ ਵੀ ਮਿਲ ਗਏ ਕਿੰਨੇ ਪੈਸੇ ਮਿਲੇ ਰੁਪੀਸ ਮਿਲ ਗਏ ਵਾਓ ਮੈਂ ਕਿਉਂ ਦੇਣੇ ਆ ਹੁਣੇ ਲੱਗੇ ਆ ਕੜਾਹ ਬਣਾਉਣ ਕਿੱਦਾਂ ਬਣਾਇਆ ਮੰਮਾ ਇਹ ਸੂਜੀ ਦਾ ਸੂਜੀ ਦਾ ਕੀ ਬਣਾਇਆ ਸੂਜੀ ਦਾ ਪ੍ਰਸ਼ਾਦ ਮਾਤਾ ਦਾ ਕਿਸ ਤਰੀਕੇ ਨਾਲ ਬਣਾਇਆ ਇਹ ਸੂਜੀ ਭੁੰਨ ਕੇ ਵਿੱਚ ਘਿਓ ਪਾ ਕੇ ਭੁੰਨ ਕੇ ਅੱਛਾ ਫਿਰ ਵਿੱਚ ਪਾਣੀ ਪਾ ਕੇ ਇਹਨੂੰ ਕਰ ਲੈਣਾ ਚਲੋ ਇਹ ਪਾਣੀ ਪੈ ਗਿਆ ਆ ਲੈ ਗਏ ਸੀ ਕੱਲ ਭਾਂਡੇ ਮਤਲਬ ਕਿ ਕੋਲੀਆਂ ਇਹਦੇ ਵਿੱਚ ਜਿੱਦਾਂ ਪੂੜੀਆਂ ਛੋਲੇ ਕੜਾਹ ਤਿੰਨੇ ਚੀਜ਼ਾਂ ਜਿੱਦਾਂ ਪਾ ਕੇ ਦੇਵਾਂਗੇ ਪਕਣ ਲੱਗੇ ਆ ਜੀ ਹੁਣ ਆਪਣੇ ਛੋਲੇ ਉਹ ਵੀ ਪ੍ਰਸ਼ਾਦ ਨਾਲ ਦੇ ਕਿਉਂ ਮੰਮਾ ਇੱਧਰ ਮੰਮਾ ਨੇ ਰਿਫਾਇੰਡ ਪਾ ਦਿੱਤਾ ਆ ਅਤੇ ਵਿੱਚ ਫਿਰ ਪੈਣਗੇ ਛੋਲੇ ਅਤੇ ਇਹਦੇ ਵਿੱਚ ਮੰਮਾ ਕੀ ਪੈਂਦਾ ਆ ਲੂਣ ਮਸਾਲਾ ਡੇਗੀ ਮਿਰਚ ਸਿੰਪਲ ਹੁੰਦੇ ਇਹ ਮਸਾਲੇ ਵਾਲੇ ਜਿਹੜਾ ਮਾਤਾ ਦਾ ਪ੍ਰਸ਼ਾਦ ਹੁੰਦਾ ਅੱਜ ਦੇ ਦਿਨ ਤੇ ਬਹੁਤ ਸਵਾਦ ਲੱਗਦੇ ਆ ਬਾਕੀ ਤੁਹਾਨੂੰ ਬਣਾ ਕੇ ਦਿਖਾਉਂਦੇ ਅੱਗੇ ਮਸਾਲਾ ਭੁੱਜ ਜੂਗਾ ਚੰਗੀ ਤਰ੍ਹਾਂ ਅਤੇ ਫਿਰ ਇਹਦੇ ਵਿੱਚ ਪਾ ਲੈਣਾ ਛੋਲੇ ਪੂੜੀਆਂ ਕੱਢਣ ਅਤੇ ਮੰਮਾ ਹੋਣੀ ਥੱਲੇ ਵੇਲਣ ਦੇ ਆ ਅਤੇ ਚਾਚੀ ਪਾਰਟਨਰ ਕਿੱਥੇ ਅੱਜ ਚਾਚੀ ਨਹਾਉਣ ਦੇ ਆ ਚਾਚੀ ਨੇ ਵਿਚਾਰੇ ਨੇ ਸਾਰੀਆਂ ਪਹਿਲਾਂ ਸਫਾਈਆਂ ਕੀਤੀਆਂ ਤਾਂ ਕਰਕੇ ਨਹਾਉਣ ਨਹੁੰ ਲੱਗ ਪਏ ਫਿਰ ਲੇਟ ਹੋ ਗਏ ਨਾ ਦੇਖੋ ਚਾਚੂ ਯਾਰ ਤੁਸੀਂ ਹੁਣ ਭਾਈ ਕੱਚੇ ਆ ਚਲੋ ਅੱਜ ਤੁਸੀਂ ਦੇਖੋ ਹੁਣ ਮੇਰਾ ਚਾਚੂ ਦਾ ਵਿੱਚ ਆਲੇ ਦੇਖੋ ਕਿਹਦੀ ਪੂੜੀ ਜ਼ਿਆਦਾ ਫੁੱਲਦੀ ਕਿਉਂ ਚਾਚੂ ਦੇਖ ਲੈਂਦੇ ਹਾਂ ਚਲੋ ਹੁਣ ਇੱਕ ਅਗਲੀ ਫਿਰ ਕੱਢਿਓ ਫਿਰ ਦੇਖਦੇ ਹਾਂ ਅਗਲੀ ਕਿਹਦੀ ਫੁੱਲਦੀ ਮੰਮਾ ਸਹੀ ਗੱਲ ਕਿ ਨਹੀਂ ਨਹੀਂ ਆਹ ਤਾਂ ਕਿੰਨੀ ਫੁੱਲੀ ਹੋਈ ਆ ਦੇਖ ਆਹ ਤਾਂ ਪੂੜੀ ਦੇਖ ਨਹੀਂ ਹੁਣ ਚੈਲੰਜ ਤੇ ਹੁਣ ਹੋਇਆ ਨਾ ਕਿਉਂ ਇਹ ਚੈਲੰਜ ਕੀ ਹੈ ਚੈਲੰਜ ਵੀ ਇੱਥੇ ਜ਼ਰੂਰੀ ਥੋੜੀ ਹੈ ਕਿ ਯਾਰ ਸਾਰੀਆਂ ਫੁੱਲੂਗੀਆਂ ਨਹੀਂ ਨਹੀਂ ਜ਼ਰੂਰੀ ਆ ਹਨਾ ਖੁਸ਼ੀ ਹੁਣ ਮੇਰਾ ਤੇ ਪਾਪਾ ਦਾ ਚੈਲੰਜ ਆ ਵੀ ਕਿਹਦੀ ਪੂੜੀ ਫੁੱਲਦੀ ਆ ਕਿਹਦੀ ਪੂੜੀ ਨਹੀਂ ਫੁੱਲਦੀ ਹਾਂ ਠੀਕ ਆ ਚਲੋ ਇਹਦੇ ਵਿੱਚ ਹੁਣ ਅਗਲੀ ਪੂੜੀ ਦਾ ਟੈਸਟ ਕਰਦੇ ਆ ਦੁਬਾਰਾ ਰਾਊਂਡ 1 ਤੋਂ ਸ਼ੁਰੂ ਕਰਦੇ ਆ ਫਿਰ ਕਿਹਦੀ ਪੂੜੀ ਫੁੱਲਦੀ ਕਿ ਨਹੀਂ ਇਹ ਚਾਚੂ ਦੀ ਪੂੜੀ ਨਿਕਲ ਆਈ ਦੇਖ ਲਓ ਹੁਣ ਗੋਲ ਗੋਲ ਜੀ ਥੋੜੀ ਜੀ ਥੋੜੀ ਜੀ ਫੁੱਲ ਗਈ ਆ ਇੱਧਰ ਸਾਡੇ ਚਾਚੀ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਜੀ ਤੂੰ ਇੰਨੀ ਲਾਈਟ ਮਾਰਦੀ ਮੰਮਾ ਦੇ ਫੋਨ ਤੇ ਹੈ ਹੈ ਅਦਰ ਖੁਸ਼ੂ ਨੂੰ ਲਾਈਟ ਮੈਨ ਬਣਾਇਆ ਮੈਂ ਚਾਚੂ ਇੱਕ ਹੋਰ ਫੋਨ ਲੱਗੇ ਆ ਫੁੱਲ ਗਈ ਬਸ ਫੁੱਲ ਗਈ ਚਾਚੂ ਫੁੱਲ ਗਈ ਨਹੀਂ ਚਾਚੂ ਨਹੀਂ ਬਣੀ ਗੱਲ ਪਾਠ ਕਰਕੇ
ਤਨੂੰ ਪੂਜਾ ਕਰਕੇ ਆਈ ਇਹਨੇ ਸਾਰੇ ਨਰਾਤੇ ਰੱਖੇ ਸੀ ਹੁਣ ਮੇਰੀ ਵਾਰੀ ਦੇਖੋ ਹੁਣ ਪੂੜੀ ਕੱਢਣ ਦੀ ਹਾਂਜੀ ਇੱਧਰ ਆਓ ਹੁਣ ਇੱਧਰ ਦੇਖੋ ਫੁੱਲੀ ਕਿ ਨਹੀਂ अपने दे ला मैं फूड चैलेंज मैं पास हो गया ना फूड चैलेंज मेरा चाचो दे लो चैलेंज लगा मेरी पूरी एन खुली हुई निकली चाचू भटूरे वर गिया मैं चलिया हूँ कंजक लभन खुशबू करे रह तू तेन फिर बिठा लेना किसी ना किसी ने चलो जाके देखते हैं जे कुछ लभदा तो कितों हर बारी का काम हों एक होर कंजक लभन दिया लभिया कि नहीं आ चलिए कुछ लभ के लियाइए मामा कि ना कितों घरे घरे समान सारा तैयार होकर रखे हुआ वा तो लभद देखो एक खुशी ते इधर सानू लभ गया कंजकां हाँ जी कैसे हो दो कंजकां ते मैं लैन दियां सीगियां ते नाल एक लैन दा लैंकड़ा ते हुण तन्नू चली आ जी खुशी दी ट्यूशन ते खुशी दी ट्यूशन ते चली आ खुशी दे फ्रेंडां नू लैन ठीक आ एक दा नाम आ परी ते दूजे दा नाम पता नहीं खुशी कहिंदी मैनू भी नाल लैके जाओ मैं कहा तेनू लैके गई ते उहनां नू कित्थे बिठाणा चाची ने पैकिंग करती है ठीक है कुछ गाह हों इधर साढ़े छोले बने हुए थे जेडे पै गए फिर पै गया बिच कड़ा तो पहला तो असं पैसे भी पाई देते पर अजक पैसों के टर्म्स तुम्हें पता कि ज्यादा आग पैकिंग फिर वो फिर अलग पैकिंग करती है वो भी दिखाओ एक मिनट आ देखो एक पैकिंग तुम दिखाने ये कि कुछ ही वैसे अंकल चिप्स कुरकरे चॉकलेट चॉकलेट टॉफिया हेयर बैंड पैसे देखो आ सारा समान इधर हो गया जिहड़ी जिहड़ी चीज दा भी दे देनी नाल नाल वह भी दे देनी भी कई बच्चे खाते नहीं गे इस करके फिर उन्होंने पैकिंग दे देनी है बच्चे वैसे भी चीजें ज्यादा खुश इधर साढ़े मम्मा जी पूड़ियां बेल रहे ने थोड़ियां ना हमारे घर कौन आया हमारे घर कौन आया आज परी आई है परी कैसे हो ओ बिजी चल रही परी आज कल फिर है वड्डी कंजक वड्डी कंजक लिया सिर नू भी लावा माड़ा जा सिर च पानी पा दे आप भी लो